ਖਰਚਾ 5 ਸਪਰੀਆਂ ਜ਼ਹਿਰ ਦੀਆਂ ਕੀਤੀਆਂ 2 ਇਹਨੂੰ ਕੀਤੇ ਤੱਥ 7 ਸਪਰੀਆਂ ਕਰਕੇ ਤੁਸੀਂ ਮੂੰਗੀ ਦਾ ਜੰਮ ਵੇਖੋ ਇਹਦੇ ਨਾਲ ਦੀ ਮੂੰਗੀ ਤੁਸੀਂ ਮੈਨੂੰ ਪੰਜਾਬ 'ਚ ਦਿਖਾ ਦਿਓ 3.5 ਫੁੱਟ 70 ਸੈਂਟੀਮੀਟਰ ਦਾ ਕੱਦ ਹੈ ਤੇ ਫਲੀ ਇਹਨੂੰ ਇਕ ਨਹੀਂ ਲੱਗੀ 3 ਮਹੀਨੇ ਪਕਾਈ ਕਰਾ ਕੇ ਅੱਜ ਨੂੰ ਇਹਨੂੰ ਹੋ ਗਏ 85 ਦਿਨ ਬੀਜੀ ਦੇ। ਇਹ ਸੀ ਸਾਨੂੰ ਛਠੀ ਕਹਿ ਕੇ ਵੀ 60 ਦਿਨਾਂ 'ਚ ਤੁਹਾਡੀ ਬੀ ਪੱਕ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਪੀਆਰ 126 ਝੋਨਾ ਲਾਓਗੇ। ਹੁਣ ਤੁਸੀਂ ਵੇਖੋ ਵੀ 85 ਦਿਨ ਹੋ ਗਏ ਇਹਨੂੰ ਕਿਤੇ ਜੇ ਫੁੱਲ ਹੀ ਨਹੀਂ ਲੱਗਿਆ ਤੇ ਫਲ ਕਿੱਥੋਂ ਲੱਗੂ? 30 ਦਿਨ ਹੋ ਗਏ ਸਾਨੂੰ ਇਹਦੇ ਮੂੰਹ ਨਹੀਂ ਵੇਖੀ ਇਹਨੂੰ ਅਸੀਂ ਉਹਨੂੰ ਫੋਨ ਤੇ ਫੋਨ ਕਰਦੇ ਆ। ਉਹ ਹਾਲਤਾ ਮੈਨੂੰ ਕਹਿੰਦਾ ਮੈਂ ਬੀਜ ਦੇ ਵਿੱਚ ਵੜਿਆ। ਸਭ ਤੋਂ ਵੱਡਾ ਦਰਦ ਇੱਥੇ ਆਇਆ ਵੀ ਉਹ ਆ ਕੇ ਇੱਕ ਵਾਰੀ ਵੇਖ ਕੇ ਜਾਂਦਾ ਜਿੱਥੋਂ ਉਹਨੇ ਲਿਆ ਉਹਨੂੰ ਲਿਆਉਂਦਾ। ਸਾਡੀ ਆਤਮਾ ਦਾ ਠਰਦੀ ਉਸ ਸਪਰੇਅ ਨਾਲ ਮਾਰੇ ਦੇ ਨਾਲ ਨਾ ਪ੍ਰਦੂਸ਼ਣ ਫੈਲਦਾ ਮੈਂ ਲੋਕਾਂ ਦੀ ਮੰਨ ਕੇ ਪਰਸੋਂ ਵਾਹਣ ਸ਼ੁਰੂ ਕਰਤੀ ਜਿੰਨੀ ਕਿ ਮੈਥੋਂ ਵਾਈ ਔਰ ਕੱਲ ਮੀਂਹ ਆ ਗਿਆ ਅੱਜ ਹੁਣ ਦੁਬਾਰਾ ਫੇਰ 1 ਲੱਖ ਰੁਪਏ ਦਾ ਡੀਜ਼ਲ ਲੈ ਕੇ ਆਇਆ ਬਿੱਲ ਮੇਰੇ ਖੂਰੇ ਆ ਆਮ ਲੋਕਾਂ ਦੀ ਧਾਰਨਾ ਇਹ ਆ ਵੀ ਇਹ ਮੁਆਵਜ਼ਾ ਮੈਂ ਫੇਰ ਆਣਾ ਮੈਂ ਮੁਆਵਜ਼ਾ ਨਹੀਂ ਮੰਗਦਾ ਨਹੀਂ ਮੰਗਦਾ ਮੈਂ ਇਹਨੂੰ ਇੱਕ ਕਰੀ ਉਹਦੀਆਂ ਬਾਹਾਂ ਬੰਨ੍ਹ ਲਓ ਜਿਨ੍ਹਾਂ ਨੇ ਬੀ ਮਾਰਾ ਲਿਆਂਦਾ ਮੇਰੀਆਂ ਆਂਦਰਾਂ ਠਰ ਜਾਣਗੀਆਂ ਹੋਰਾਂ ਨੂੰ ਨੁਕਸਾਨ ਨਾ ਹੋਵੇ ਹੋਰ ਹੋਰ ਇੱਥੇ ਹੀ ਗੱਲ ਖੜੀ ਐ ਮੈਂ ਹੋ ਜਾ ਬੰਦਾ ਮੈਂ ਝੋਨਾ ਨਹੀਂ ਲਾਉਣਾ ਮੈਂ ਛੱਡ ਦੂੰਗਾ ਲੋਕਾਂ ਚ ਜਿਵੇਂ ਨਾ ਗੋਰੇ ਗੋਰੇ ਉਧਰ ਕੈਨੇਡਾ ਅਮਰੀਕਾ ਚ ਕੋਈ ਨੁਕਸਾਨ ਹੋ ਜੇ ਨਾ ਜਿਵੇਂ ਆਪਣੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਉਹ ਨੂੰ ਰਿਪੇਅਰ ਕਰਦਾ ਇਹ ਖੇਤੀਬਾੜੀ ਵਾਲਿਆਂ ਨੇ ਵੀ ਅੱਖਾਂ ਜੀ ਲੜਕੂਗੀ ਇਹ ਸਰਕਾਰ ਦੇ ਵੀ ਲੜਕੂਗੀ ਹਾਂ ਉਹਨੂੰ ਸਵੇਰੇ ਨੂੰ ਕਰਕੇ ਕਾਰਵਾਈ ਹੋਏ ਤੇ ਲਾਇਸੈਂਸ ਰੱਦ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀਗੀ ਅਤੇ ਮੂੰਗੀ ਤੇ ਐਮਐਸਪੀ ਦੇਣ ਦੀ ਗੱਲ ਕਹੀ ਗਈ ਸੀ। ਉਸ ਵਕਤ ਕਾਫੀ ਲੋਕਾਂ ਨੇ ਉਹਨਾਂ ਦੀ ਗੱਲ ਮੰਨੀ ਅਤੇ ਕਿਹਾ ਕਿ ਅਸੀਂ ਇਸ ਗੱਲ ਨੂੰ ਮੰਨਦੇ ਆਂ ਉਹਨਾਂ ਦੇ ਅਪੀਲ ਤੇ ਮੂੰਗੀ ਬੀਜੀ ਗਈ ਪਰ ਬਹੁਤ ਏਰੀਆ ਇਹੋ ਜਿਹਾ ਹੈ ਜਿੱਥੇ ਕਿ ਕਿਸਾਨਾਂ ਦੀ ਮੂੰਗੀ ਜਿਹੜੀ ਹੈਗੀ ਹੈ ਖਰਾਬ ਹੋ ਚੁੱਕੀ ਹੈ। ਕਰੀਬ-ਕਰੀਬ ਜੇਕਰ ਗੱਲਬਾਤ ਕੀਤੀ ਜਾਵੇ ਅਸੀਂ ਇਸ ਵਕਤ ਇੱਕ ਰਕਵੇ ਵਿੱਚ ਖੜੇ ਆਂ ਸ਼੍ਰੀ ਮੁਕਤਸਰ ਸਾਹਿਬ ਦਾ ਏਰੀਆ ਹੈ ਜਿੱਥੇ ਕਿ ਕਿਸਾਨ ਵੀਰ ਆਪਣੀ ਮੂੰਗੀ ਵਾਰਿਆ ਹੈ ਕਰੀਬ 55 ਏਕੜ ਵਿੱਚ ਇਹਨਾਂ ਨੇ ਮੂੰਗੀ ਦੀ ਫਸਲ ਜਿਹੜੀ ਹੈਗੀ ਉਹ ਬੀਜੀ ਸੀਗੀ ਪੂਰੀ ਦੀ ਪੂਰੀ ਫਸਲ ਜਿਹੜੀ ਹੈ ਤਹਸ ਨਹਸ ਹੋ ਚੁੱਕੀ ਹੈ ਜਿਸ ਦਿਨ ਅਸੀਂ ਖਬਰ ਕੀਤੀ ਉਸ ਦਿਨ ਅਸੀਂ ਇੱਕ ਗੱਲ ਵੀ ਕਹੀ ਸੀ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਉਦੋਂ ਵੀ ਗੱਲਬਾਤ ਕੀਤੀ ਸੀ ਕਿ ਜੇਕਰ ਚੰਗਾ ਬੀਜ ਚੰਗਾ ਇਹਨਾਂ ਨੂੰ ਦਵਾਈਆਂ ਮਿਲਣਗੀਆਂ ਤਾਂ ਹੀ ਇਹ ਚੀਜ਼ ਕਾਮਯਾਬ ਹੋ ਸਕਦੀ ਹੈ ਅੰਤਕ ਕਿਸਾਨਾਂ ਨੂੰ ਪਾਰੇ ਨੁਕਸਾਨ ਚਲਣਾ ਪਵੇਗਾ ਅੱਜ ਉਹੀ ਤਸਵੀਰ ਸਾਹਮਣੇ ਆਈ ਹੈ ਦਰਦਨਾਕ ਤਸਵੀਰ ਹੈ ਕਿ ਕਿਸਾਨ ਕਿੰਨਾ ਔਖਾ ਹੋ ਕੇ ਆਪਣੀ ਫਸਲ ਬੀਜਦਾ ਜਦੋਂ ਫਸਲ ਪਕਣ ਦਾ ਟਾਈਮ ਹੁੰਦਾ ਹੈ ਉਸ ਦੌਰਾਨ ਇਸ ਤਰੀਕੇ ਦੀ ਬਿਮਾਰੀਆਂ ਘੇਰ ਲੈਂਦੀਆਂ ਨੇ ਇਸ ਤਰੀਕੇ ਦੇ ਹਾਲਾਤ ਹੋ ਜਾਂਦੇ ਨੇ ਕਿ ਉਸਦੇ ਫਲ ਨਹੀਂ ਲੱਗਦਾ ਸਬਜ਼ੀ ਨਹੀਂ ਲੱਗਦੀ ਦਾਣਾਂ ਨਹੀਂ ਲੱਗਦੀ ਤਾਂ ਵੇਖ ਸਕਦੇ ਹੋ ਤਸਵੀਰਾਂ ਕਿਸਾਨਾਂ ਦਾ ਹਿਰਦਾ ਚੀਰ ਜਾਂਦਾ ਹੈ ਜਦੋਂ ਇਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਫਸਲ ਵਾਣੀ ਪੈਂਦੀ ਹੈ ਤਸਵੀਰਾਂ ਸ੍ਰੀ ਮੁਕਸਰ ਸਾਹਿਬ ਦੇ ਨਜ਼ਦੀਕ ਦੀਆਂ ਪਿੰਡ ਸੱਕਾਵਾਲੀ ਦੀਆਂ ਤਸਵੀਰਾਂ ਨੇ ਜਿੱਥੇ ਦੇ ਜੋ ਕਿਸਾਨ ਨੇ ਚਰਨਜੀਤ ਸਿੰਘ ਜਿਨ੍ਹਾਂ ਦੇ ਇੱਕ ਖੇਤ ਨੇ ਉਹਨਾਂ ਵੱਲੋਂ ਇਸ ਵਕਤ ਆਪਣੀ ਮੂੰਗੀ ਦੀ ਫਸਲ ਜਿਹੜੀ ਹੈਗੀ ਹੈ ਉਹ ਵਾਈ ਜਾਰੀ ਹੈ ਉਹਨਾਂ ਦੇ ਉੱਤੇ ਟਰੈਕਟਰ ਚਲਾਏ ਜਾ ਰਹੇ ਨੇ ਤਾਂ ਤਵੀਆਂ ਨਾਲ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਕਿਸੇ ਕੰਮ ਦੀ ਨਹੀਂ ਰਹੀ ਲੱਖਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀਗੀ ਸਰਕਾਰ ਦੀ ਗੱਲ ਮੰਨੀ ਗਈ ਸੀਗੀ ਭਗਵੰਤ ਮਾਨ ਦੀ ਅਪੀਲ ਤੇ ਇਹਨਾਂ ਨੇ ਫੈਸਲਾ ਲਿਆ ਗਿਆ ਸੀਗਾ ਕਿ ਹਾਂ ਇਸ ਵਾਰ ਸਰਕਾਰ ਦੇ ਨਾਲ ਮੰਨਦੇ ਆ ਹੋ ਸਕਿਆ ਤਾਂ ਕਿ ਤੇ ਚੰਗਾ ਮੋਆਵਦਾ ਮਿਲਣ ਦੀ ਗੱਲਬਾਤ ਜਾਂ ਚੰਗੀ ਕਮਾਈ ਦੀ ਗੱਲਬਾਤ ਜਿਹੜੀ ਸੀਗੀ ਉਹ ਉਮੀਦ ਕੀਤੀ ਸੀ ਪਰ ਹਾਲਾਤ ਜਿਹੜੇ ਬਣੇ ਉਹ ਦਰਦਨਾਕ ਨੇ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਕਿਸਾਨ ਆਪਣੀ ਹਿੱਕ ਤੇ ਜ਼ਮੀਨ ਦੀ ਹਿੱਕ ਤੇ ਇਸ ਵਕਤ ਟਰੈਕਟਰ ਚਲਾ ਰਿਹਾ ਮੂੰਗ ਦੀ ਫਸਲ ਵਾਰ ਰਿਹਾ ਹੈ ਬੇहद ਦਰਦਨਾਕ ਤਸਵੀਰ ਐਸ ਲਈ ਕਹਿ ਰਹੇ ਆ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਪੁੱਤਾ ਮੰਗ ਪਾਲਦਾ ਹੈ ਬੇਸ਼ੱਕ ਇਸ ਵਕਤ ਸਰਕਾਰ ਐਮਐਸਪੀ ਦੇਣ ਦੀ ਗੱਲ ਕਰ ਰਹੀ ਸੀ ਪਰ ਐਮਐਸਪੀ ਤਾਂ ਉਦੋਂ ਮਿਲੂਗੀ ਜਦੋਂ ਫਸਲ ਤਿਆਰ ਹੋਊਗੀ ਫਸਲ ਦੇ ਹਾਲਾਤ ਜੋ ਨੇ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਇੱਥੇ ਮਾੜੇ ਹਾਲਾਤ ਬਣੇ ਨੇ ਤਾਂ ਚਰਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਚਰਨਜੀਤ ਜੀ ਸਭ ਤੋਂ ਪਹਿਲੇ ਬੇਹਦ ਦਰਦਨਾਕ ਤਸਵੀਰ ਹੈਗੀ ਐ ਹਾਲਾਤ ਕਿਵੇਂ ਬਣਿਆ ਬੜੇ ਪਹਿਲਾਂ ਦਾ ਇਹ ਦਿਨਕ ਸਵੇਰਾ ਦੀ ਟੀਮ ਦਾ ਇੱਥੇ ਆਉਣ ਤੇ ਸਾਡੇ ਕਿਸਾਨਾਂ ਦੇ ਦਰਦ 'ਚ ਸ਼ਾਮਲ ਤੇ ਬਹੁਤ-ਬਹੁਤ ਧੰਨਵਾਦ ਇਹ ਆਪਣੇ ਬਾਈ ਜੀ ਬੀਜ ਲਿਆ ਸੀ ਆਪਾਂ ਸਿੰਗਲਾ ਪੈਸਟੀਸਾਈਡ ਐਂਡ ਆਪਣਾ ਸੀਡ ਜਗਰਾਉਂ ਬਿਮਲਕ ਸ਼ੋਰ ਐਂਡ ਬ੍ਰਦਰ ਕੰਪਨੀ ਉਹਨਾਂ ਦੇ ਜਿਨੇ ਮੇਰੇ ਨਾਮ ਚੈੱਕ ਟਿਆ ਅਸੀਂ ਸਰਕਾਰ ਦੀ ਪੀਲ ਦੇਖੀ YouTube ਤੇ Facebook ਤੇ ਪੇਪਰ 'ਚ ਵੀ ਐਡ ਕੀਤਾ ਰੇਟ ਅਸੀਂ 7200 ਰੁਪਿਆ ਦੇਵਾਂਗੇ ਤੇ ਤੁਸੀਂ ਮੂੰਗੀ ਵਾਦ ਤੋਦ ਵਿਜੋ ਕੁੱਸ ਹਰੇਕ ਬੰਦਾ ਆਪਦੇ ਲਾਲਚ ਨੂੰ ਕੰਮ ਕਰਦਾ ਅਸੀਂ ਕਹੀਏ ਵੀ ਅਸੀਂ ਸਰਕਾਰ ਮਾਰੇ ਕੰਮ ਕੀਤਾ ਸਾਡੇ ਵੀ ਮਨ ਚ ਸੀ ਵੀ ਨਾਲੇ ਤਾਂ ਕੋਈ 10-20000 ਰੁਪਏ ਦਾ ਇਹਦਾ ਫਾਇਦਾ ਹੋ ਜੂਗਾ ਪਲੱਸ ਜਿਹੜਾ 1 ਮਹੀਨਾ ਪਾਣੀ ਬਚਾ ਲਾਂਗੇ ਹੁਣ ਮੇਰੀਆਂ 13-14 ਮੋਟਰਾਂ ਬੰਦ ਰਹਿ ਗਈਆਂ ਉਹ ਅਸੀਂ ਧਰਤੀ ਦੀ ਕੁੱਖ ਚੋਂ ਜਿਹੜਾ ਪਾਣੀ ਨਹੀਂ ਕੱਢਿਆ ਕਿਤੇ ਨਾ ਕਿਤੇ ਪ੍ਰਮਾਤਮਾ ਸਾਨੂੰ ਉਹਦਾ ਫਲ ਜ਼ਰੂਰ ਦੇਊਗਾ ਅੱਗੇ ਜਾ ਕੇ ਅਸਲ ਇਹ ਕਹਾਣੀ ਕੀ ਹੈ ਬਾਈ ਜੀ ਜਿਹੜੀਆਂ ਅਪ੍ਰੈਲ ਚ ਮੰਗੀਆਂ ਵਿਜੀ ਦੀਆਂ ਨਾ ਕਿਉਂ ਨਹੀਂ ਕਿਸਾਨ ਅੱਗੇ ਆਉਂਦਾ ਜਦੋਂ ਫਸਲ ਮਰ ਜਾਂਦੀ ਹੈ ਇਹਨਾਂ ਨੂੰ ਸੁੰਡੀ ਬਹੁਤ ਪੈਂਦੀ ਹੈ 90% ਮੇਰੇ ਕਿਸਾਨ ਭਰਾਵਾਂ ਦੀ ਐ ਕਿ ਫਸਲ ਸੁੰਡੀ ਖਾ ਗਈ ਨਾ ਮੱਕੀ ਤੋਂ ਮਰੀ ਨਾ ਜੰਤਰ ਤੋਂ ਨਾ ਮੂੰਗੀ ਤੋਂ ਅਸੀਂ ਇਹਦੇ ਤੇ ਖਰਚਾ ਪੰਜ ਸਪ੍ਰਿਆ ਜ਼ਹਿਰ ਦੀਆਂ ਕੀਤੀਆਂ ਦੋ ਇਹਨੂੰ ਕੀਤੇ ਤੱਤ ਸੱਤ ਸਪ੍ਰਿਆ ਕਰਕੇ ਤੁਸੀਂ ਮੂੰਗੀ ਦਾ ਜੰਮ ਵੇਖੋ ਇਹਦੇ ਨਾਲ ਦੀ ਮੂੰਗੀ ਤੁਸੀਂ ਮੈਨੂੰ ਪੰਜਾਬ 'ਚ ਦਿਖਾ ਦਿਓ 3.5 ਫੁੱਟ 70 ਸੈਂਟੀਮੀਟਰ ਦਾ ਕੱਦ ਹੈ ਤੇ ਫਲੀ ਇਹਨੂੰ ਇਕ ਨਹੀਂ ਲੱਗੀ ਕਾਰਨ ਕੀ ਆ ਵੀ ਅਸੀਂ ਸਰਟੀਫਾਈ ਬੀ ਕਹਿ ਕੇ ਲਿਆ ਸੀ ਸਰਟੀਫਾਈਡ ਤੇ ਇਹ ਬਾਈ ਜੀ ਅਨਾਜ ਆ ਅਨਾਜ ਸਿੱਧਾ ਭਰਿਆ ਹੋਇਆ ਕਿਸੇ ਢੇਰੀ ਤੋਂ ਇਹ ਹੁਣ ਜਿਹੜੀ ਆ ਥੈਲੀ ਆ ਇਹ ਥੈਲੀ ਵੀ ਮੈਂ ਤੁਹਾਨੂੰ ਵਿਖਾਉਂਗਾ ਵੀ ਕਿਹੜੀ ਕਿਹਨੇ ਪ੍ਰੋਡਿਊਸ ਕੀਤਾ ਕਿੱਥੋਂ ਇਹ ਆਈ ਹੁਣ ਇਹ ਨਹੀਂ ਪਤਾ ਵੀ ਉਹਨੇ ਮੜਾ ਭਰਤਾ ਸਾਡਾ ਗਨਾਹ ਕਰਤਾ ਸਿੰਗਲਾ ਪੈਸਟੀਸਾਈਡ ਵਿਮਲ ਕਿਸ਼ੋਰ ਰਣ ਬ੍ਰਦਰ ਜਗਰਾਉਂ ਵਾਲੇ ਆ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਨੇ ਸਾਨੂੰ 1.5 ਕੁਇੰਟਲ ਕੋਈ ਥੋੜੀ ਨਹੀਂ ਲਈ ਅਸੀਂ ਸਾਢੇ 10 ਕੁਇੰਟਲ ਬੀਏਸੀ ਉਹਨਾਂ ਦੀ 15 ਕਿਲੋ ਬੀ ਤੋਂ ਘਟਣਾ ਪਾਇਓ ਜੋ ਇੱਕ 10 ਕੁਇੰਟਲ ਤੇ 50 ਕਿਲੋ ਬੀਏਸੀ ਲਿਆ 1 ਲੱਖ ਤੇ 5000 ਦਾ ਬਾਕੀ ਅਸੀਂ ਉਹ ਤੋਂ ਲਈ ਸੀ ਮੱਕੀ ਤੇ ਚੋਨਾ 1 ਲੱਖ 30 ਹਜ਼ਾਰ ਦਾ ਬੀ ਲਿਆ ਸੀ ਬਾਈ ਚੈੱਕ ਪੇਜ ਅਕਾਊਂਟ ਚੈੱਕ ਦੇ ਕੇ ਅਸੀਂ ਪੇਮੈਂਟ ਕੀਤੀ ਉਹਨੂੰ ਸਾਨੂੰ ਦਰਦ ਇੱਥੇ ਆਇਆ ਵੀ ਸਾਨੂੰ 3 ਮਹੀਨੇ ਪਕਾਈ ਕਰਾ ਕੇ ਅੱਜ ਨੂੰ ਇਹਨੂੰ ਹੋ ਗਿਆ 85 ਦਿਨ ਬੀਜੀ ਨੂੰ ਇਹ ਅਸੀਂ ਸਾਨੂੰ ਸੱਠੀ ਕਹਿ ਕੇ ਵੀ 60 ਦਿਨਾਂ ਅੰਝ ਤੁਹਾਡੀ ਬੀ ਪੱਕ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਪੀਆਰ 126 ਝੋਨਾ ਲਾਓ ਜੋ ਹੁਣ ਤੁਸੀਂ ਵੇਖੋ ਵੀ 85 ਦਿਨ ਹੋ ਗਏ ਉਹਨੂੰ ਕਿਤੇ ਜੇ ਫੁੱਲ ਹੀ ਨਹੀਂ ਲੱਗਿਆ ਤੇ ਫਲ ਕਿੱਥੋਂ ਲੱਗੂ ਮੇਰੇ ਆਣ ਗਵਾਨ ਨੇ ਬਾਈ ਜੀ ਅੱਜ 15 ਦਿਨ ਹੋ ਗਏ ਮੂੰਗੀਆਂ ਵੱਢ ਕੇ ਤੇ 17 18 ਤੇ 11 21 ਝੋਨਾ ਲਾਤਾ ਹੁਣ ਮੇਰੇ ਨਾਲ ਤਾਂ ਹਾਸਾ ਹੋ ਗਿਆ ਲੋਕ ਮੈਂ ਤੁਹਾਨੂੰ ਦੱਸਦਾ ਮਜ਼ਾਕ ਉਦੋਂ ਵੀ ਢਾਇਆ ਵੀ ਇਹ ਨਵੇਂ ਕਿਸਾਨ ਉੱਠੇ ਆ ਉਦੋਂ ਕਹਿੰਦੇ ਵੀ ਰਾਤ ਨੂੰ ਸਪਰੇਅ ਕਰੋ ਇਹਨੂੰ ਨਾ ਸੁੰਡੀ ਜਿਹੜੀ ਖੇਤਾਂ 'ਚ ਵਰ ਜਾਂਦੀ ਆ ਰਾਤ ਨੂੰ ਬਾਹਰ ਆਉਂਦੀ ਆ ਅਸੀਂ ਰਾਤ ਨੂੰ ਹੀ ਪਾਣੀ ਲਾਇਆ ਵੀ ਪਾਣੀ ਦਿਨੇ ਗਰਮ ਹੋ ਕੇ ਪਾਣੀ ਪੱਤੇ ਸਾੜਦਾ ਦਿਨ ਰਾਤ ਮੈਂ ਤੇ ਮੇਰੀ ਟੀਮ ਨੇ ਮੇਰੇ ਉਹ ਵੀ ਭਰਾਵਾਂ ਨਾਲ ਵੱਧ ਆ ਇਹਨੂੰ ਬਹਾਲ ਕਰਕੇ ਅਸੀਂ ਇੱਥੇ ਪਤਾ ਕਰਤਾ ਹੁਣ ਬਾਈ ਜੀ 20 ਦਿਨ ਹੋ ਗਏ ਸਾਨੂੰ ਇਹਦੇ ਮੂੰਹ ਨਹੀਂ ਵੇਖੀ ਇਹਨੂੰ ਅਸੀਂ ਉਹਨੂੰ ਫੋਨ ਤੇ ਫੋਨ ਕਰਦੇ ਆ ਉਹ ਉਲਟਾ ਮੈਨੂੰ ਕਹਿੰਦਾ ਮੈਂ ਬੀਜ ਦੇ ਵਿੱਚ ਵੜਿਆ ਸਭ ਤੋਂ ਵੱਡਾ ਦਰਦ ਇੱਥੇ ਆਇਆ ਵੀ ਉਹ ਆ ਕੇ ਇੱਕ ਵਾਰੀ ਵੇਖ ਕੇ ਜਾਂਦਾ ਜਿੱਥੋਂ ਉਹਨੇ ਲਿਆ ਉਹਨੂੰ ਲਿਆਉਂਦਾ ਕੋਈ ਸਾਡੀ ਆਤਮਾ ਦਾ ਠਰਦੀ ਹੁਣ ਮੈਂ ਪਰਸੋਂ ਆਏ ਸੀ ਇੱਥੇ ਹੋਰ ਟੀਵੀ ਚੈਨਲ ਆਲੇ ਮੈਂ ਜਿਹੜੇ ਮੇਰੇ ਬੜੀ ਵੀਡੀਓ ਵਾਇਰਲ ਹੋ ਗਈ ਲੱਖਾਂ ਚ ਗਈ ਪਰਸੋਂ ਚੌਥੇ ਮਹੀਨੇ ਕੀ ਕੀਤਾ ਨਾ ਮੇਰੇ ਮਨਸ਼ਾ ਨਹੀਂ ਸੀ ਮੈਂ ਚਲੋ ਜੋ ਹੋ ਗਿਆ ਪ੍ਰਮਾਤਮਾ ਦਾ ਭਾਣਾ ਮੈਂ ਖੇਤ ਜਾ ਕੇ ਗ੍ਰਾਮੋ ਸੋਣ ਕਰਨੀ ਸ਼ੁਰੂ ਕਰਤੀ ਮੈਂ ਕਿਹਾ ਡੀਜ਼ਲ ਤਾਂ ਬਚਾਈਏ ਗ੍ਰਾਮੋ ਸੋਣ ਜੇ ਸਪਰੇਅ ਕਰ ਦਈਏ ਨਾ ਅੱਧੇ ਪੱਤੇ ਉਹ ਸਾੜ ਦਿੰਦੀਏ ਤੇ ਅੱਧੇ ਟਰੈਕਟਰ ਵਾਹਦੇ ਤੇ ਕੰਮ ਬਣ ਜਾਂਦਾ ਉਹ ਜਦੋਂ ਮੇਰੀ ਵੀਡੀਓ ਵਾਇਰਲ ਹੋਈ ਮੈਨੂੰ ਕਮੈਂਟ ਆ ਗਿਆ ਦੇ ਬਾਈ ਤੂੰ ਨਾ ਐ ਨਾ ਕਰ ਤੂੰ ਇਹਨੂੰ ਦੂਜੂ ਵਾਲਾ ਵੀ ਤੂੰ ਸਪਰੇਅ ਨਾ ਮਾਰੇ ਤੇ ਨਾਲ ਨਾ ਪ੍ਰਦੂਸ਼ਣ ਫੈਲਦਾ ਮੈਂ ਲੋਕਾਂ ਦੀ ਮੰਨ ਕੇ ਪਰਸੋਂ ਵਾਹਣ ਸ਼ੁਰੂ ਕਰਤੀ ਜਿੰਨੀ ਕਿ ਮੈਥੋਂ ਵਾਈ ਔਰ ਕੱਲ ਮੀ ਆ ਗਿਆ ਅੱਜ ਹੁਣ ਦੁਬਾਰਾ ਫੇਰ 1 ਲੱਖ ਰੁਪਏ ਦਾ ਡੀਜ਼ਲ ਲੈ ਕੇ ਆਇਆ ਬਿੱਲ ਮੇਰੇ ਕੋਲੇ ਆ ਭਰਾ ਮੇਰੋ ਵੀ ਜੇ ਕੋਈ ਕਿਸੇ ਵੀ ਗੱਲ 'ਚ ਕੋਈ ਹਤਕਤ ਨਹੀਂ ਹੋਵੇ ਇੱਥੋਂ ਪਠੇਲਾ ਐਨ ਦੇ ਤੋਂ ਅ ਤੁਹਾ ਲਬਾਣੇ ਵਾਲਿਓ ਹੁਣ ਜਿਹੜਾ ਇਹ ਲੱਖ ਰੁਪਿਆ ਇਹਨੂੰ ਵੇਲਾ ਯਾਰ ਜੇ ਕਿਤੇ ਦਾ ਮੈਂ ਇਸ ਲੱਖ ਨੂੰ ਕੰਮ ਕਰਾਉਣਾ ਸੀਗਾ 98 ਕੇ 97000 ਦਾ 1100 ਲੀਟਰ ਡੀਜ਼ਲ ਹੈ ਇਹਨੂੰ ਵਾਹੁਣ ਵਾਸਤੇ ਜਿਹੜਾ ਉਹੀ ਮਿੱਟੀ ਦੇ ਭਾ ਦਰ ਦੇ ਇੱਥੇ ਆਇਆ ਵੀ ਉਹਨੇ ਮੈਨੂੰ ਨਕਲੀ ਬੀਜ ਦਿੱਤਾ ਜਿਹੜੇ ਦੇ ਵਿੱਚ ਨਾ ਇੱਕ ਦੋ ਬੂਟੇ ਤੁਹਾਨੂੰ ਮਿਲਣਗੇ ਉਹਦਾ ਕੱਦ ਵੀ ਐਡਾ ਉਹਨੂੰ ਫਲੀਆਂ ਵੀ 12-15 ਲੱਗੀਆਂ ਜੇ ਕੰਮ ਸੇ ਕੰਮ ਜੇ ਅਰੀਜਨਲ ਹੁੰਦਾ ਸਾਰਾ ਇੱਕ ਕਤਾਰ ਹੁੰਦਾ ਤੇ 10-10 ਫਲੀਆਂ ਵੀ ਲੱਗਦੀਆਂ ਮੇਰੀ 2-3 ਕੁਇੰਟਲ ਨਿਕਲੇ ਹੁੰਨੀ ਸੀ 10-12 ਲੱਖ ਦੀ ਮੁੱਗੀ ਹੋ ਜਾਣੀ ਸੀ 5-7 ਲੱਖ ਮੇਰਾ ਖਰਚਾ 5-7 ਲੱਖ ਆਪਾਂ ਨੂੰ ਵੱਜ ਜਾਂਦਾ ਗਾਂ ਨੂੰ ਆਪਾਂ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਆਂ ਬੀਜੋ 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 ਹੁਣ ਮੈਂ ਕਿਹੜਾ ਮੂੰਹ ਲਾ ਕੇ ਸਾਰੀ ਜ਼ਿੰਦਗੀ ਕਹੂੰਗਾ ਵੀ ਮੂੰਗੀ ਬੀਜੋ ਵੇਖੋ ਲੋਕ ਮੇਰੇ ਮੇਰੇ ਤੇ ਵਿਸ਼ਵਾਸ ਕਰਦੇ ਆ ਸਾਡਾ ਪਿੰਡ ਲੋਕਾਂ ਨੂੰ ਹਟ ਕੇ ਚੱਲਦਾ ਹੈ ਸਭ ਤੋਂ ਜਿਆਦਾ ਪਿੰਡ ਸਾਡੇ ਨੈਨੋ ਯੂਰੀ ਅੱਜ ਵੀ ਆਈ ਪਈ ਹੈ ਲੋਕਾਂ ਨੇ ਨੈਨੋ ਯੂਰੀ ਖਰੀਦੀ ਨਹੀਂ ਕਿਉਂਕਿ ਸਮੇਂ-ਸਮੇਂ ਦੇ ਹਾਨੀ ਆ ਸਾਡਾ ਪਿੰਡ ਪਰ ਜਦੋਂ ਹੁਣ ਬਾਈ ਸਾਡੇ ਨਾਲ ਹੋ ਗਿਆ 4 ਦਿਨ ਹੋ ਗਏ ਵੀਡੀਓ ਵਾਇਰਲ ਹੋਈ ਨੂੰ ਕੱਲ ਮੈਂ ਘਮਾ ਆਇਆ ਹੁਣ ਤੁਹਾਨੂੰ ਮਹਿਕਮੇ ਦੀ ਗੱਲ ਦੱਸ ਜਿੱਥੇ ਕਿਤੇ ਇੱਕ ਤਾਂ ਬੂਟਾ ਲੱਗਿਆ ਸੀ ਨਾ ਚੰਗੀਆਂ ਫਲੀਆਂ ਵਾਲਾ ਉਹ ਵੱਟ ਕੇ ਤੇ ਮਲਾਂ ਵੇਖੀ ਜਾਣ ਤੇ ਆ ਹੁਣ ਮੈਂ ਕਿਹੜਾ ਇਹ ਜੋ ਤੁਸੀਂ ਆ ਜਾਨੇ ਉਦੋਂ ਫਲੀਆਂ ਨੂੰ ਮੰਤਰ ਮਾਰ ਦਿੰਨਾ ਉਦੋਂ ਝੜ ਜਾਂਦੀਆਂ ਜਦੋਂ ਕੋਈ ਹੋਰ ਆ ਜਾਂਦਾ ਕਿਤੇ ਜਾੜੋ ਵਿੱਚ ਵੜ ਕੇ ਉਹਦੀ ਗਾਰੰਟੀ ਨਹੀਂ ਜਿਹੜਾ ਕੋਈ 2 4% ਵਿੱਚ ਜਿਹੜਾ ਬੀ origignal ਕਹਿ ਕੇ ਦਿੱਤਾ ਉਹਨੂੰ ਤਾਂ ਲੱਗਣੀ ਹੈ ਜਿ origignal ਵੀ ਆ ਉਹ ਵੀ ਮੇਰੇ ਤਸੱਲੀ ਆ ਵੀ ਕਈ ਨਾ ਵਿੱਚ ਵਿਚਾਰੇ ਇਹਦੇ ਕਮੈਂਟ ਕਰਦੇ ਆ ਮੈਂ ਕਮੈਂਟਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਬੜੇ ਮੈਂ ਕਮੈਂਟ ਪੜੇ ਅਖੇ ਬਾਈ ਤੁਹਾਨੂੰ ਖੇਤੀ ਨਹੀਂ ਕਰਨੀ ਹੈ ਜੀ ਵਾਹ ਮੇਰੇ ਭਰਾਓ 100 ਸਾਲ ਤਾਂ ਸਾਡੇ ਬਜ਼ੁਰਗਾਂ ਨੂੰ ਖੇਤੀ ਕਰੀ ਜਾਂਦੇ ਆ ਸਾਨੂੰ ਕੋਈ ਖੇਤੀ ਸਿਖਾਊਗਾ ਠੀਕ ਆ ਵੀ ਜਿਹਨੂੰ ਜਿਹਦਾ ਨੁਕਸਾਨ ਹੋ ਜਾਏ ਉਹਨੂੰ ਕਮਲ ਕੁੱਤੇ ਨਹੀਂ ਆਪਾਂ ਜਦੋਂ ਕਮਲ ਕੁੱਤੇ ਲੱਗ ਜਾਂਦੇ ਆ ਉਦੋਂ ਉਹ ਬੰਦੇ ਵੀ ਗੱਲਾਂ ਕਰ ਜਾਂਦੇ ਜਿਨ੍ਹਾਂ ਨੂੰ ਖੇਤੀ ਦੀ ਪਰਿਭਾਸ਼ਾ ਹੀ ਨਹੀਂ ਪਤਾ ਜਿਹਨੂੰ ਇਹ ਨਹੀਂ ਪਤਾ ਕਿੱਲੇ 'ਚ ਕਿੰਨੇ ਫੋਟਾ ਕਿੰਨੇ ਮਰਲੇ ਕਿੰਨੀਆਂ ਸਰਸਾਂਹੀਆਂ ਮੈਨੂੰ ਉਹ ਦੱਸੂਗਾ ਉਹਨਾਂ ਨੂੰ ਪਲੀਜ਼ ਹੱਥ ਬਨ ਕੇ ਬੇਨਤੀ ਕਰਦਾ ਵੀਰ ਮੇਰਿਓ ਮੈਂ ਕੋਈ ਸਰਕਾਰ ਤੇ ਉਂਗਲ ਨਹੀਂ ਠਾਉਂਦਾ ਮੈਂ ਸਰਕਾਰ ਨੂੰ ਇਹ ਕਹਿਣਾ ਵੀ ਤੁਹਾਡੀ ਅਪੀਲ ਤੇ ਅਸੀਂ ਮੰਗੀ ਵੀਜੀ ਆ ਚੋਰਾਂ ਨੂੰ ਫੜ ਲਓ ਫੜ ਲਓ ਫੜ ਲਓ ਨਹੀਂ ਤੁਹਾਡੀ ਬੁਨਿਆਦ ਕਿਸਾਨੀ ਤੇ ਟਿਕੀ ਆ ਜੇ ਅੱਜ ਮੇਰੇ ਨਾਲ ਹੋਈ ਕੱਲ ਨੂੰ ਹੋਰ ਨਾ ਹੋਊਗੀ ਜਿਵੇਂ 2000 ਦੌਰ ਚ 2000 ਦੇ ਵੇਲੇ ਸੁੰਡੀ ਖਾ ਗਈ ਸੀਗੀ ਨਰਮੇ ਨੂੰ ਤੇ ਉਸ ਟਾਈਮ ਦੇ ਖੇਤੀ ਮੰਤਰੀ ਤੋਂ ਹਜੇ ਤਾਈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੇਰ ਬਾਈ ਜੀ ਇਹ ਸਰਕਾਰ ਭੁੱਲ ਜੇ ਕਿਸਾਨ ਤੇ ਮਜ਼ਦੂਰ ਕਿੰਨੇ ਮਜ਼ਦੂਰਾਂ ਦੇ ਘਰੇ ਦਾ ਫਲੀਆਂ ਤੋੜਨੀਆਂ ਸੀ ਮਸ਼ੀਨਾਂ ਵੇਚਦੀ ਪੱਲੇਦਾਰਾਂ ਨੂੰ ਗਾਂਹ ਦੀ ਗਾਂਹ ਜਾ ਕੇ ਇਹਦੀ ਸਰਕਾਰ ਨੂੰ ਵੀ ਇਹਦੀ ਮਾਰਕੀਟ ਕਮੇਟੀ ਦੀ ਫੀਸ ਸੌਣੀ ਸੀ ਬੋਰੀਆਂ ਖਰੀਦਣੀਆਂ ਸੀ 10 ਘਰਾਂ ਦਾ ਨੁਕਸਾਨ ਹੋ ਗਿਆ ਜਿਹੜਾ ਮੇਰਾ ਤਾਂ ਹੋਇਆ ਹੀ ਹੋਇਆ ਪਰ ਉਹਨਾਂ ਦੇ ਮੈਨੂੰ ਹਾਸਾ ਆਉਂਦਾ ਜਿਹੜੇ ਬੰਦੇ ਇਥੇ ਕਮੈਂਟ ਕਰੀ ਜਾਂਦੇ ਫੇਕ ਆਈਡੀਆਂ ਤੁਹਾਨੂੰ ਵੀ ਖੇਤੀ ਦਾ ਨਹੀਂ ਵੱਲ ਤੁਸੀਂ ਸਰਕਾਰ ਤੋਂ ਮੁਆਵਜ਼ਾ ਭਾਲਦੇ ਆ ਮੈਂ ਫਿਰ ਤੁਹਾਡੇ ਮੱਦੇਮ ਰਹੀਆਂ ਨਾ ਮੈਨੂੰ ਮੁਆਵਜ਼ੇ ਮੂਜੂਦਾ ਕੋਈ ਲਾਲਚ ਨਹੀਂ ਕੱਲ ਮੀ ਆਇਆ ਬੱਦਲ ਫਟ ਗਿਆ ਗੰਗਾ ਨਗਰ ਮਿਲਟਰੀ ਲੱਗੀ ਪਈ ਹੈ ਸਾਡੇ ਇਧਰ ਪਾਣੇ ਧਗਾਣੇ ਵਿਚਾਰਿਆਂ ਦੇ ਲੱਖ ਲੱਖ ਝੋਨੇ ਮਾਰੇ ਗਏ ਉਹ ਕਿਧੋ ਮੁਆਵਜ਼ਾ ਲੈਣਗੇ ਮੈਂ ਤਾਂ ਇਹ ਕਹਿਣਾ ਵੀ ਮੇਰੇ ਨਾਲ ਸਿੰਗਲੈਂਡ ਪੈਸਟੀਸਾਈਡ ਵਿਮਲ ਕਿਸ਼ੋਰ ਐਂਡ ਬ੍ਰਦਰ ਨੇ ਠੱਗੀ ਮਾਰੀ ਹੈ ਜਗਰੌਂ ਵਾਲਿਆਂ ਨੇ ਤੁਸੀਂ ਉਹਨਾਂ ਨਾਲ ਵੈਸੇ ਗੱਲਬਾਤ ਹੋਈ ਤੁਹਾਡੀ ਦੱਸੀ ਉਹਨਾਂ ਨੂੰ ਸਮੱਸਿਆ ਉਹਨਾਂ ਨੇ ਰਿਪਲਾਈ ਕੀ ਆਇਆ ਉਹਨਾਂ ਦਾ ਕੋਈ ਤਸੱਲੀਬਖਸ਼ ਹੋਈ ਕੋਈ ਤਸੱਲੀ ਦਿੱਤੀ ਉਹਨਾਂ ਨੇ ਮੈਂ ਇਹ ਲੋ ਵਟਸਐਪ ਮੇ ਅੱਗੋਂ ਪਤਾ ਨਹੀਂ ਚਾਹਤਾ ਨੂੰ ਕਿਸੇ ਵਕੀਲ ਸਾਹਿਬ ਨੇ ਪੜਾਇਆ ਵੀ ਤੂੰ ਕੋਈ ਜਵਾਬ ਨਹੀਂ ਦੇਣਾ ਫੋਨ ਤੇ ਮੇਰੇ ਨਾਲ ਗੱਲ ਜਿੰਨੇ ਆਰੀ ਹੋਈ ਐ ਐਂਡ ਵਾਰੀਆਂ ਦਾ ਮੈਂ ਕਿਹੜਾ ਇਹਦੇ ਵਿੱਚ ਵੜ ਕੇ ਵੇਖਿਆ ਮਹਿਰ ਜੀ ਨਹੀਂ ਵਿੱਚ ਵੜ ਕੇ ਵੇਖਿਆ ਤੂੰ ਮੈਨੂੰ ਮੈਂ ਤੈਨੂੰ ਕਿਹਾ ਸੀ ਮੈਨੂੰ ਨਾ ਇਹ 17 ਕਿੱਲਿਆਂ ਦੀ ਮੂੰਗੀ ਆ ਮੈਨੂੰ 20-20 ਕਿੱਲਿਆਂ ਦੇ ਤਿੰਨ ਪੋਰਸ਼ਨ ਦੇ ਦੇ ਕੋਈ ਤਾਂ ਹੋਊਗੀ ਤੂੰ ਕਹਿਆ ਨਹੀਂ ਮੇਰੀ ਗਰੰਟੀ ਹੈ ਤੇ ਗੰਗਾ ਨਗਰ ਮੈਨੂੰ ਆਇਆ ਸੀ ਰਾਜਸਥਾਨ 'ਚ ਥੋੜਾ ਜਨਾ ਸਮਾਨ ਅਰੀਜਨਲ ਮਿਲਦਾ ਤੇ ਮੈਂ ਕਿਹਾ ਜਦ ਰਾਜਸਥਾਨ ਵਾਲੇ ਬੰਦੇ ਨਹੀਂ ਮਾੜਾ ਕਰਦੇ ਆ ਆ ਥੈਲੀ ਆ ਜੀ ਸ਼ੰਕਰ ਸ਼ੰਕਰ ਸੀਡ ਇਹ ਜਵਾਂ ਮੈਂ ਪਤਾ ਕੀਤਾ ਗਈ ਗੁਜਰੀ ਫਰਮ ਆ ਜਿਹੜੀ ਇਹ ਗੰਗਾ ਨਗਰ ਦੀ ਰੀਕੋ ਜਨਾ ਦਫਤਰ ਆ ਨਾਂ ਦਾ ਧਰਤਾ ਸ਼ੰਕਰ ਭਗਵਾਨ ਵਾਲਾ ਤੇ ਕੰਮ ਵੇਖੋ ਕੀ ਇਹਨਾਂ ਦੇ ਡਾਕੂਆਂ ਵਾਲੀ ਇਸ ਕਰਕੇ ਇਹ ਮੈਂ ਤਾਂ ਸਰਕਾਰ ਨੂੰ ਕਹਿੰਦਾ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਨਹੀਂ ਤੁਸੀਂ ਦੇਖ ਲਓ ਜੋ ਮੇਰੀ ਤਾਂ 55 ਕਿੱਲੇ ਮੂੰਗੀ ਮਰੀ ਆ ਮੈਨੂੰ ਵੇਖ ਕੇ ਸਾਡੇ ਨੇੜੇ-ਨੇੜੇ ਪਿੰਡਾਂ ਦੇ ਵਿੱਚ ਕਿਸੇ ਨੇ 55 ਮਰਲੇ ਵੀ ਵੀਜਨੇ ਨਹੀਂ ਤੇ ਜੇ ਉਹ ਫੜ ਕੇ ਇੱਕ ਰੀ ਸਲਾਖਾਂ ਦੇ ਪਿੱਛੇ ਤੁੰਨਤਾ ਤੇ ਅਸੀਂ ਇੱਕ ਥਾਪੜਾਂਗੇ ਅਸੀਂ 5500 ਕਿਲਾ ਵਿਜਨ ਦੀ ਸਮਰਥਾ ਰੱਖਦੇ ਆਂ ਆਪਦੇ ਯਾਰਾਂ ਦੋਸਤਾਂ ਦੇ ਬਲਬੂਤੇ ਇਸ ਕਰਕੇ ਜਿੰਨੀਆਂ ਮਰਜ਼ੀ ਆਮ ਕਹਾਣੀਆਂ ਆਪਾਂ ਬਾਈ ਜੀ ਪਾਈ ਜਲੀਏ ਅਖੀਰ ਨੂੰ ਮੁਕਦੀ ਗੱਲ ਇੱਥੇ ਹੀ ਆ ਵੀ ਦੁਕਾਨਦਾਰ ਜੇ 20 ਸਹੀ ਦੇ ਦਿੰਦਾ ਤੇ ਅੱਜ ਤੱਕ ਨੁਕਸਾਨ ਦੀ ਗੱਲ ਕਰਦਾ ਅੱਜ ਮੈਨੂੰ ਲੇਬਰ ਨਹੀਂ ਮਿਲ ਰਹੀ ਲੇਬਰਾਂ ਸਾਰੀਆਂ ਯੂਪੀ ਨੂੰ ਚਲੀਆਂ ਗਈਆਂ ਇੱਕ ਪਾਸੇ ਮੇਰਾ ਝੋਨਾ ਖੜਾ ਮਣਾ ਇੱਧਰ ਵੀ ਕੈਮਰਾ ਘਾ ਦਿਓ ਮੇਰਾ ਹੀ ਹੈ ਇਹ ਇਹ ਫੂਸਾ ਪੀਲਾ ਫੂਸਾ ਹੈ ਇਹਨੂੰ ਅੱਜ ਲੱਗੇ ਨੂੰ 1 ਮਹੀਨਾ ਹੋ ਗਿਆ ਇੱਕ ਜੇ ਮੈਂ ਲਾਉਣ ਦੀ ਉਮੀਦ ਨਹੀਂ ਮੈਂ ਕਿਵੇਂ ਰਲੂੰਗਾ ਮੈਂ 10 ਲੱਖ ਜਿਹਦਾ ਇਹਦੇ ਜੀ ਵੀ ਰਗੜਿਆ ਗਿਆ 10 ਲੱਖ ਦਾ ਝੋਨਾ ਘਟੂਗਾ ਗਾਂ ਕਣਕ ਘਟੂਗੀ ਸਹੀ 40 ਤੋਂ 50 ਲੱਖ ਦਾ ਨੁਕਸਾਨ ਮੇਰਾ ਕੱਲਾ ਬੀਜ ਵਾਲੀ ਦੇ ਨਾ ਕਰਤਾ ਤੇ ਜੇ ਬੀ ਅਰिजिनल ਹੁੰਦਾ ਤੇ ਮੇਰੀ ਉਹ ਪੂਰਤੀ ਮੰਗੀ ਨੇ ਕਰ ਦੇਣੀ ਸੀ ਮੈਂ ਨੋ ਲਾਸ ਨੋ ਪ੍ਰਾਫਟ ਤੇ ਲੋਕਾਂ ਨੂੰ ਦੇ ਬਹਿਣ ਜੋਗਾ ਹੋ ਜਾਂਦਾ ਹੁਣ ਜਿਨੇ ਜਿਨੇ ਦਿਨੇ ਆਪਾਂ ਕਹਿ ਦਿੰਨੇ ਯਾਰ ਜਿਹਨੂੰ ਘਰੇ ਨੂੰ ਵੀ ਪੁੱਛਦਾ ਉਹ ਮੈਨੂੰ ਤੇ ਕਮੈਂਟ ਕਰੀ ਜਾਂਦਾ ਹੁਣ ਗੱਲ ਆ ਜਾਂਦੀ ਹੈ ਕਿ ਸਰਕਾਰ ਦੇ ਨੂੰ ਮੈਂ ਸਰਕਾਰ ਕਹਿੰਦੀ ਸੀਗੀ ਕਿ ਅਸੀਂ ਬਹੁਤ ਸਾਫ਼ ਸੁਥਰ ਤਰੀਕੇ ਨਾਲ ਚੱਲਾਂਗੇ ਕਿਸੇ ਨੂੰ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਕਿਸੇ ਸਰਕਾਰ ਦੇ ਬੰਦੇ ਨਾਲ ਗੱਲਬਾਤ ਹੋਈ ਹੈ ਇਸ ਤੋਂ ਅਫਸਰ ਤੋਂ ਇਲਾਵਾ ਦੇਖੋ ਜੀ ਜਿਹੜਾ ਮੇਰਾ ਪੜਾ ਮੈਂ ਸਾਡੇ ਥੋਂ ਦੇ ਐਮਐਲਏ ਸਾਹਿਬ ਨੂੰ ਆਪ ਫੋਨ ਕੀਤਾ ਨਾਲੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਸਾਡੇ ਜਿਹੜੇ ਐਮਐਲਏ ਆ ਹੈਗੇ ਆ ਆ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਮੈਨੂੰ ਕਹਿਣ ਚ ਕੋਈ ਇਹਦੇ ਚ ਮੇਰਾ ਟੋਰਾ ਨਹੀਂ ਲੈਂਦਾਗਾ ਵੀ ਮੈਂ ਇਹਨੂੰ ਕਹਿਆ ਵੀ ਐਮਐਲਏ ਸਾਹਿਬ ਅਸੀਂ 70 ਮੂੰਗੀ 70 ਕਿਲੋ ਮੂੰਗੀ ਵਿਜੀ ਸੀ ਤੁਹਾਡੇ ਮੁੱਖ ਮੰਤਰੀ ਦੇ ਕਹਿਣ ਤੇ ਮੁੱਖ ਮੰਤਰੀ ਸਾਡਾ ਵੀ ਹੈ ਪਰ ਹੁਣ ਤੁਸੀਂ ਚੋਰਾ ਨੂੰ ਪੀੜ ਦਿਓ ਕਿਉਂਕਿ ਉਹ ਆਪ ਵੀ ਚੰਗੀ ਖੇਤੀ ਕਰਦੇ ਆ 100 200 ਕਿੱਲੇ ਤੋਂ ਉੱਤੇ ਕਰਦੇ ਆ ਸਾਫ ਸ਼ਬੀ ਦੇ ਬੰਦੇ ਆ ਜੇ ਹੁਣ ਉਹ ਹੁਣ ਜੂਰੀ ਡੈਕਸ਼ਨ ਕਹਿੰਦੇ ਲਿਦਾਣੇ ਵੀ ਬਣਦੀ ਹੈ ਖੇਤ ਸੱਕਾਂ ਵਾਲੀ ਦਾ ਮੈਨੂੰ ਤਾਂ ਲੱਗਦਾ ਐ ਆ ਹੀ ਨੰਗ ਜਾਣਾ ਮੰਨ ਲਓ ਵੀ ਜਿਵੇਂ ਉਹ ਆਪਾਂ ਕਹਿੰਦੇ ਸੀ ਵੀ ਗੁਟਕਾ ਸਾਹਿਬ ਬਹਿਬਲ ਤੋਂ ਚੋਰੀ ਹੋਇਆ ਆਕੇ ਕੋਟਕਪੂਰੇ ਕਾਂਡ ਹੋਇਆ ਉਹ ਸਿੱਟਾਂ ਹੀ ਬਣ ਗਈਆਂ 5 ਐਫਆਈਆਰਆਂ 7 ਸਿੱਟਾਂ ਕਿਸੇ ਨੂੰ ਇੱਥੇ ਕੁਝ ਨਹੀਂ ਮਿਲਿਆ ਮੈਨੂੰ ਮੇਰੀ ਮੂੰਗੀ ਦਾ ਇਨਸਾਫ ਕਿਹਨੇ ਦੇਣਾ ਇਹਨੂੰ ਤਾਂ ਲੋਕ ਵੇਖ ਕੇ ਹੱਸ ਪੈਂਦੇ ਆ ਜਿਹੜੇ ਮੁਲਾਜ਼ਮ ਆਉਣਗੇ ਅਫਸਰ ਆਉਣਗੇ ਉਹ ਵੀ ਹੱਸ ਪੈਣਗੇ ਅਗਲਾ ਕਹਿੰਦਾ ਯਾਰ ਕੀ ਭਾਲਦੇ ਆ ਆਮ ਲੋਕਾਂ ਦੀ ਧਾਰਨਾ ਇਹ ਆ ਵੀ ਇਹ ਮੁਆਵਜਾ ਮੈਂ ਫੇਰ ਆਣਾ ਮੈਂ ਮੁਆਵਜਾ ਨਹੀਂ ਮੰਗਦਾ ਨਹੀਂ ਮੰਗਦਾ ਮੈਂ ਇਹਨੂੰ ਇੱਕ ਕਰੀ ਉਹਦੀਆਂ ਬਾਹਾਂ ਬੰਨ ਲਓ ਜਿਨ੍ਹਾਂ ਨੇ ਬੀ ਮੜਾ ਲਿਆਂਦਾ ਮੇਰੀਆਂ ਆਂਦਰਾਂ ਠਰ ਜਾਣਗੀਆਂ ਹੋਰਾਂ ਨੂੰ ਨੁਕਸਾਨ ਨਾ ਹੋ ਗਾ ਹੋਰ ਹੋਰ ਇੱਥੇ ਹੀ ਗੱਲ ਖੜੀ ਆ ਕਿਉਂਕਿ ਲੋਕ ਨਾ ਸਾਰੀ ਵੀਡੀਓ ਤਾਂ ਵੇਂਦੇ ਹੀ ਨਹੀਂ ਪਹਿਲਾਂ ਹੀ ਪ੍ਰਤੀਕਰਮ ਦੇ ਜਾਂਦੇ ਆ ਵੀ ਲੋਕਾਂ ਨੂੰ ਆਇਆ ਵੀ ਇਹ ਕਾਲੀਦਲ ਦਾ ਬੰਦਾ ਸਾਡੀ ਸਰਕਾਰ ਇਹ ਜੇ ਸਰਕਾਰ ਨੂੰ ਵਾਲੋ ਕਿੱਥੇ ਆ ਗਈ ਬਈ ਬੀ ਮੈਂ ਲਿਆ ਵੇਚਿਆ ਸਿੰਗਲੇ ਨੇ ਮੂੰਗੀ ਮੇਰੇ ਨਹੀਂ ਹੋਈ ਤੇ ਦੱਸੋ ਸਰਕਾਰ ਜੋ ਮੈਂ ਸਰਕਾਰ ਨੂੰ ਕੀ ਕਹਤਾ ਸਰਕਾਰ ਨੂੰ ਤਾਂ ਮੁਆਵਜ਼ਾ ਨਹੀਂ ਮੰਗਦਾ ਮੈਂ ਮੈਂ ਸਿਰਫ ਇਹ ਮੰਗਦਾ ਵੀ ਮੁੱਖ ਮੰਤਰੀ ਜੀ ਮੁੱਖ ਮੰਤਰੀ ਮੁੱਖ ਮੰਤਰੀ ਚਾਵੇ ਇੱਕ ਦਿਨ ਚ ਜਿੱਥੋਂ ਇਹ ਬੀਜ ਦੀਆਂ ਥੈਲੀਆਂ ਭਰੀਆਂ ਉਸ ਜ਼ਿੰਮੇਵਾਰ ਤਾਂ ਹੀ ਪਹੁੰਚ ਸਕਦਾ ਹੈ ਇਹਨਾਂ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਨੇ ਕਾਫੀ ਸਾਰੇ ਵੀ ਕਿਸੇ ਨੂੰ ਕੋਈ ਸਮੱਸਿਆ ਹੈਗੀ ਤਾਂ ਇਸ ਨੰਬਰ 'ਤੇ ਸਾਨੂੰ ਵਟਸਐਪ ਕਰ ਸਕਦਾ ਹੈ ਉਹ ਉਹ ਵੀ ਕੋਸ਼ਿਸ਼ ਕਰੋਗੇ ਉਸ ਤਰੀਕੇ ਦੀ ਮੈਂ ਜੀ ਮੈਂ ਨਾ ਪਰਸੋ ਤਾਂ ਕੀਤੀ ਸੀ ਵੀਡੀਓ ਆਪਦੇ ਫੇਸਬੁੱਕ 'ਤੇ ਬਾਤੀ ਵੀਡੀਓ ਚਲੋ ਪ੍ਰਾਈਮ ਏਸ਼ੀਆ ਹੋਰ ਟੀਵੀ ਸਾਰੇ ਭਰਾ ਆ ਗਏ ਵੀਡੀਓ ਹੋ ਗਈ ਕੱਲ ਮੈਨੂੰ ਕਿਸੇ ਤੁਹਾਡੇ ਅਰਗੇ ਭਰਾ ਨੇ ਆਖਿਆ ਵੀ ਜਿੰਨਾ ਚਿਰ ਤੁਸੀਂ ਲਿਖਤੀ ਪੜਤੀ ਨਹੀਂ ਕਰਦੇ ਮੈਂ ਐਪਲੀਕੇਸ਼ਨਾਂ ਲਿਖਾ ਕੇ ਮੁੱਖ ਮੰਤਰੀ ਪੰਜਾਬ ਖੇਤੀਬਾੜੀ ਮੰਤਰੀ ਪੰਜਾਬ ਡਾਇਰੈਕਟਰ ਖੇਤੀਬਾੜੀ ਵਿਭਾਗ ਡਿਪਟੀ ਕਮਿਸ਼ਨਰ ਮੁਕਸਰ ਐਸਐਸਪੀ ਸਾਹਿਬ ਮੁਕਸਰ ਚੀਫ ਐਗਰੀਕਲਚਰ ਅਫਸਰ ਔਰ ਐਸਐਚਓ ਠਾਣਾ ਬਰੀ ਵਾਲਾ ਔਰ ਗਵਰਨਰ ਪੰਜਾਬ ਔਰ ਇੱਕ ਐਗਰੀਕਲਚਰ ਮਨਿਸਟਰ ਨਰਿੰਦਰ ਤੋਮਰ ਜੀ ਮੈਂ ਸੱਤ ਰਜਿਸਟਰੀਆਂ ਕਰਾ ਚੁੱਕੀਆਂ ਵੀ ਠੀਕ ਹੈ ਟਾਈਮ ਲੱਗੂਗਾ ਵੀ ਜੇ ਮੈਂ ਦਵਾ ਦਾ ਪਰਸੋਂ ਹੀ ਵਾਹੰਦਾ ਤੇ ਮੁੱਦਾ ਹੀ ਖਤਮ ਹੋ ਜਾਣਾ ਸੀ ਜੇ ਕਿ ਲਾਹੌਰ ਤੁਹਾਡੇ ਨਾਲ ਕਹਿੰਦਾ ਜੇ ਮੈਨੂੰ ਇਹ ਨਨਨ ਸਾਹਿਬ ਮਿਲਿਆ ਮੈਂ ਇਹੋ ਜਿਹਾ ਬੰਦਾ ਮੈਂ ਝੋਨਾ ਵੀ ਨਹੀਂ ਲਾਉਣਾ ਮੈਂ ਛੱਡ ਦੂੰਗਾ ਲੋਕਾਂ ਚ ਜਿਵੇਂ ਨਾ ਗੋਰੇ ਗੋਰੇ ਉਧਰ ਕੈਨੇਡਾ ਅਮਰੀਕਾ ਚ ਕੋਈ ਨੁਕਸਾਨ ਹੋ ਜੇ ਨਾ ਜਿਵੇਂ ਆਪਣੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਉਹਨੂੰ ਉਹਨੂੰ ਰਿਪੇਅਰ ਕਰਤਾ ਹੁਣ ਪਤਾ ਨਹੀਂ ਲੱਗੂ ਤੁਹਾਨੂੰ ਵੀ ਕਿੱਥੇ ਥੋੜੇ ਜੇ ਕਾਰਤੂਚ ਵਜੇ ਪਤੇ ਜੇ ਮੈਂ ਮੂੰਗੀ ਵਾਹ ਕੇ ਝੋਨਾ ਲਾ ਕੇ ਐ ਬਹਿ ਗਿਆ ਤੇ ਕਿਸੇ ਨੂੰ ਕੀ ਪਤਾ ਲੱਗੂਗਾ ਇਹ ਸਜਦਾ ਰੱਖੂਗਾ ਇਹ ਖੇਤੀਬੜੀ ਵਾਲਿਆਂ ਦੇ ਵੀ ਅੱਖਾਂ ਜੀ ਲੜਕੂਗੀ ਇਹ ਸਰਕਾਰ ਦੇ ਵੀ ਲੜਕੂਗੀ ਹਾਂ ਉਹਨੂੰ ਸਵੇਰੇ ਨੂੰ ਕਰਕੇ ਕਾਰਵਾਈ ਹੋਏ ਤੇ ਲਾਇਸੈਂਸ ਰੱਦ ਕਰਨ ਜਿੱਥੋਂ ਵੀ ਜਿਹਨੇ ਵੇਚਿਆ ਮੈਨੂੰ ਉਹਨੇ ਜਿਹੜੋ ਲਿਆਂਦਾ ਤੇ ਫਿਰ ਕੋਈ ਗੱਲ ਨਹੀਂ ਆਪਾਂ ਸਰਕਾਰ ਦੇ ਹੱਕ ਤੇ ਨਾਰੇ ਮਾਰਾਂਗੇ ਭਾਈ ਵੀ ਮੈਨੂੰ ਇਨਸਾਫ ਦਿੱਤਾ ਭਵਾਂ ਸਰਕਾਰ ਉਲਟਾ ਤੇ ਮੈਂ ਉਲਟ ਪਾਰਟੀ ਦਾ ਤਾਂ ਬਿਲਕੁਲ ਚਰਨਜੀਤ ਸਿੰਘ ਜੀ ਦੀ ਗੱਲ ਤੁਸੀਂ ਸੁਣ ਲਈ ਹੈ ਕਿ ਇਹਨਾਂ ਦਾ ਇਕ ਕੋਈ ਮੰਗੇ ਕਿ ਮੁਆਵਜ਼ਾ ਇਹ ਲੋਕ ਨਹੀਂ ਚਾਹੁੰਦੇ ਬਹੁਤ ਲੋਕਾਂ ਦੇ ਮਨ ਵਿੱਚ ਇਹ ਗੱਲ ਹੋਊਗੀ ਕਿ ਸ਼ਾਇਦ ਮੁਆਵਜ਼ਾ ਲੈਣ ਦੇ ਲਈ ਇਹ ਗਲਬਤ ਹੋ ਰਹੀ ਕੁਝ ਹੋਰ ਕਰਨਾ ਚਾਹੁੰਦੇ ਹਾਂਜੀ ਸਰ ਮੈਂ ਤੁਹਾਨੂੰ ਇਹ ਕਹਿੰਦਾ ਵੀ ਕੱਲਾ ਮੇਰੇ ਨਾਲ ਨਹੀਂ ਹੋਇਆ ਮੈਨੂੰ ਤਿੰਨ ਫੋਨ ਆ ਗਏ ਇੱਕ ਤਾਂ ਜਗਰਾਉਂ ਦੇ ਕੋਲ ਹੀ ਪਿੰਡ ਹੈ ਉਹਨਾਂ ਨੇ 5 ਏਕੜ ਵੀਜੀ ਸੀ ਵੀ ਇਸੇ ਸਿੰਗਲੇ ਤੋਂ ਲੈ ਕੇ ਔਰ ਇੱਕ ਰੁਕਣਾ ਬੇਡੂ ਬੇਗੂ ਪਿੰਡਾ ਫਰੀ ਕੋਟ ਜ਼ਿਲ੍ਹੇ ਚ 8 ਏਕੜ ਉਹਨਾਂ ਨੇ ਵੀਜੀ ਸੀ ਆ ਵੀਡੀਓ ਵੇਖ ਕੇ ਪਤਾ ਨਹੀਂ ਕਿੰਨੇ ਕਈ ਵਿਚਾਰਿਆਂ ਕੋਲੇ ਵੀਡੀਓ ਹੁੰਦੀ ਨਹੀਂ ਉਹ ਇੱਥੇ ਆ ਰਹੇ ਜੇ ਤੁਸੀਂ 5-10 ਮਿੰਟ ਰੋਕਗੇ ਨਾ ਉਹ ਬੂਟੇ ਵੀ ਪਟਕੇ ਲੈ ਕੇ ਆ ਰਹੇ ਆ ਉਹ ਆਪਦੀ ਤੁਹਾਨੂੰ ਦਸਤਾਨ ਵੀ ਦੱਸਣਗੇ ਇਹ ਕੱਲੀ ਕੋਈ ਮੈਨੂੰ ਨਹੀਂ ਉਹਨੇ 10 ਕੁਇੰਟਲ ਵੇਚਤੀ ਘੱਟੋ ਘੱਟ ਕੋਈ 100 ਕੁਇੰਟਲ ਤਾਂ ਜਾਂ 200 ਜਾਂ 50 ਕੁਇੰਟਲ ਆਈ ਹੋਊਗੀ ਹੁਣ ਇਹ ਨਹੀਂ ਪਤਾ ਬਾਈ ਜੀ ਇਹ ਲਫਾਫਾ ਕੀ ਦਾ ਹੈ ਉਧਰ ਕੀ ਦਾ ਟੈਗ ਨੰਬਰ ਵੀ ਆ ਸਾਰਾ ਕੁਝ ਆਪਣੇ ਕੋਲੇ ਆ ਸਾਡੇ ਕਿਸਾਨ ਯੂਨੀਅਨ ਦੇ ਜਾਂ ਮੈਂ ਸਾਹਮਣੇ ਵੇਖ ਕੇ ਵੇਖ ਲਿਆ ਇਹ ਸਿੱਧੂਪੁਰ ਦੇ ਸਾਡੇ ਜ਼ਿਲ੍ਹਾ ਹੈਗੇ ਆ ਉਹਦੇਦਾਰ ਉਹ ਸਾਡੇ ਪਿੰਡ ਇਕਾਈ ਦੇ ਪ੍ਰਧਾਨ ਹੈ ਵੀ ਮੇਰੇ ਹਿਸਾਬ ਨਾਲ ਕੋਈ ਨਾਰਾ ਮਾਰ ਨਹੀਂ ਆਇਆ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਬੂਟੇ ਬਿਲਕੁਲ ਵੱਡੇ ਵੱਡੇ ਨੇ ਪਰ ਅਸਲ ਤਸਵੀਰ ਜਿਹੜੀ ਹੈਗੀ ਹੈ ਫਾਲੇ ਨਾਤੇ ਕਿਤੇ ਵੀ ਨਹੀਂ ਲੱਗਿਆ ਕੋਈ ਦਾਲ ਨਹੀਂ ਲੱਗੀ ਤਾਂ ਜੋ ਜਥੇਬੰਦੀ ਦੇ ਨੁਮਾਇੰਦੇ ਨੇ ਉਹ ਹੀ ਪੁੱਛੇ ਨੇ ਗੱਲਬਾਤ ਕਰਨ ਨੇ ਬਾਈ ਜੀ ਸਸੀ ਗੱਲ ਜੀ ਬਹੁਤ ਯੂਨੀਅਨਾਂ ਤੁਹਾਡੀ ਆ ਕਿਸਾਨਾਂ ਦੇ ਹੱਕ ਵਿੱਚ ਇਕੱਠੇ ਹੋ ਜਾਂਦੇ ਨੇ ਵੱਡੇ ਵੱਡੇ ਅੰਦੋਲਨ ਲੜ ਚੁੱਕੇ ਹੋ ਇਸ ਵਕਤ ਜਿਹੜੀ ਕੰਡੀਸ਼ਨ ਹੈਗੀ ਹੈ ਇਸ ਤੇ ਕੀ ਕਰੋਗੇ ਤੁਸੀਂ ਜਿਹੜੀ ਇਹ ਹਾਲਾਤ ਬਣੇ ਆ ਪਹਿਲੀ ਗੱਲ ਤਾਂ ਸਰਕਾਰ ਨੇ ਸਾਰਿਆਂ ਨੂੰ ਕਿਹਾ ਸੀ ਬਦਲਾ ਲਿਓ ਬਦਲਾ ਦੇ ਤਹਿਤ ਅਸੀਂ ਮੰਨਦੇ ਹਾਂ ਸਾਡੇ ਏਰੀਆ ਚੋਂ ਸਭ ਤੋਂ ਗਾਂ ਵਧੂ ਸਰਪੰਚ ਜਿਹੜਾ ਕਿਸਾਨ ਆ ਤੇ ਜਿੱਥੇ ਇਹਨੇ ਪਿੰਡ ਦੀ ਨਹਿਰ ਬਦਲੀ ਉਥੇ ਆਪਦੇ ਖੇਤ ਦੀ ਨਹਿਰ ਵੀ ਬਦਲੀ ਤੁਸੀਂ ਵੇਖ ਸਕਦੇ ਹੋ ਅੱਜ ਜਿੱਥੇ ਵੀ ਜਾਓਗੇ ਮੂੰਗੀ ਇਦੋਂ ਘਟ ਮਿਲੂਗੀ ਤੁਹਾਨੂੰ ਪਰ ਜਿਹੜੀ ਜਿੰਨੀ ਸੇਵਾ ਇਹਨੇ ਮੂੰਗੀ ਦੀ ਕੀਤੀ ਸੀ ਉਸ ਮੁਤਾਬਕ ਸਾਡੇ ਮੁਤਾਬਕ ਇਹਦੀ ਮੂੰਗੀ ਘਟੋ ਘਟ 8 ਕੁਇੰਟਲ ਕਿਲੇ ਦੀ ਨਿਕਲਣੀ ਚਾਹੀਦੀ ਸੀ ਜੇ ਵੀ ਸੀਡ ਸਹੀ ਹੁੰਦਾ ਤਾਂ ਅਸਲ ਕਾਰਨ ਕੀ ਆ ਵੀ ਜਿਹੜੇ ਤਰੀਕੇ ਨਾਲ ਇਹਨੇ ਬੀਜੀ ਸੀ ਵੀ ਮੂੰਗੀ ਸੱਠੀ ਬੀਜਦੇ ਆ ਉਸ ਤੋਂ ਬਾਅਦ ਬਾਸਪਤੀ ਲਾਵਾਂਗੇ ਜਿਹੜਾ ਵਿਕੇਤਾ ਸੀ ਉਹਨੇ ਇਹਨਾਂ ਨੂੰ ਵੀ ਗਲਤ ਦਿੱਤਾ 20 ਦੀ ਡਿਮਾਂਡ ਹੈ ਕਿ ਕੁਦਰਤੀ ਵਧ ਗਈ ਵੀ ਕਿਸੇ ਕੋਲੇ ਸਹੀ ਹੈ ਨਹੀਂ ਸੀ ਤਾਂ ਉਹਨਾਂ ਨੇ ਗਲਤ ਵੀ ਦਿੱਤਾ ਤੁਸੀਂ ਲੜਾਈ ਕਿਵੇਂ ਲੜੋਗੇ ਹੁਣ ਇਹ ਵਾਲੀ ਕਿਉਂਕਿ ਇਹ ਲੜਾਈ ਇਕੱਲੇ ਇੱਥੋਂ ਤੱਕ ਸੀਮਿਤ ਨਹੀਂ ਹੈ ਜਗਰਾਵਾਂ ਤੱਕ ਵੀ ਸੀਮਿਤ ਹੈ ਕਿ ਇਹ ਹੋਰ ਵੀ ਅਧਿਕਾਰੀ ਨੇ ਇੱਕ ਉਹਨਾਂ ਦਾ ਵੀ ਕਿਤੇ ਨਾ ਕਿਤੇ ਤੁਹਾਨੂੰ ਪ੍ਰੋਟੈਸਟ ਕਰਨਾ ਪੈ ਸਕਦਾ ਹੈ ਵੇਖੋ ਲੜਾਈ ਲੜਾਂਗੇ ਅਸੀਂ ਡਾਕਟਰੀ ਕੱਲ ਖੇਤੀਬਾੜੀ ਵਾਲੇ ਅਸੀਂ ਡਾਕਟਰੀ ਰਿਪੋਰਟ ਬਣ ਜਾਣੀ ਹੈ ਦੀ ਵੀ ਇਹ ਕਿੰਨੇ ਪਰਸੈਂਟ ਜਿਹੜੀ ਲਗਭਗ ਸਾਡੇ ਮੁਤਾਬਕ ਜਿਹੜੀ ਇਹ 95% ਜਿਹੜਾ ਵੀ ਗਲਤ ਹੈ ਕਿਉਂਕਿ ਫਲੀਆਂ ਹੀ ਨਹੀਂ ਆਈਆਂ ਜੇ ਫਲੀ ਆਉਂਦੀ ਤਾਂ ਅਸੀਂ ਮੰਨ ਜਾਂਦੇ ਚੱਲ ਵੀ 2-4 ਦਿਨ ਲੇਟ ਹੋ ਗਿਆ ਜਾਂ ਕੁਝ ਵੀ ਹੋ ਗਿਆ ਸਹੀ ਟਾਈਮ ਤੇ ਉਹਨੂੰ ਫਲੀ ਨਹੀਂ ਆਈ ਅਸਲ 'ਚ ਇਹ ਮੂੰਗੀ ਹੀ ਜਿਹੜੀ ਆਮ ਦੇਸੀ ਮੂੰਗੀ ਬੀਜ ਦੀ ਉਹ ਬੀਜ ਹੈ ਕਿਸੇ ਬਾਹਰਲੀ ਸਟੇਟ ਤੋਂ ਲਿਆ ਕੇ ਦੇਤਾ ਇੰਨਾ ਟਾਈਮਾਂ 'ਚ ਹੀ ਬੀਜਣ ਵਾਲੀ ਨਹੀਂ ਸੀ ਇੱਕ ਵਕੀਤਾ ਨੇ ਇਹ ਕਹਿ ਲਿਆ ਵੀ ਮੈਂ ਆਪਦਾ ਨਫਾ ਲੈ ਲਾਂ ਅੱਜ ਵੀ 300 ਨੂੰ ਵੇਖਦਾ ਜਿਹੜਾ ਅਸੀਂ 80 ਰੁਪਏ ਵੇਚਦੇ ਸੀ ਮੈਂ ਪੈਸੇ ਕਮਾ ਲਾਂ ਤੇ ਜਿਹੜਾ ਕਿਸਾਨ ਦਾ 5 ਲੱਖ ਗਿਆ ਉਹ ਗਿਆ ਇਸ ਕਿਸਾਨ ਦਾ ਜੇ ਲੱਗ ਭਾਗ ਗਿਣੀਏ ਤੇ 5 ਲੱਖ ਰੁਪਏ ਖਰਚਾ ਹੋ ਗਿਆ ਜਿੰਨੀ ਜਿੰਨੇ ਖੇਤ ਚ ਨੇ ਬੀਜੀ ਜਿੱਡਾ ਫਾਰਮ ਇਹਦਾ ਤਾਂ ਜੇ 5 ਲੱਖ ਦਾ ਖਰਚਾ ਕਰ ਲਿਆ ਉੱਤੇ ਜੇ ਕੁਝ ਹੋਰ ਬੀਜ ਦਾ ਤੇ 15 ਲੱਖ ਰੁਪਏ ਸੀ ਜਿਹੜਾ ਘੱਟੋ ਘਾਟੇ ਦੀ ਇਨਕਮ ਸੀ ਜੇ ਇਹ ਸਹੀ ਹੁੰਦੀ ਤਾਂ ਮੈਂ ਇਹ ਜਾਨਣਾ ਚਾਹਣਾ ਲੜਾਈ ਕਿਵੇਂ ਲੜੋਂਗੇ ਕੋਈ ਰਣਨੀਤ ਕੀਆਰ ਕੀਤੀ ਜਾ ਰਹੀ ਹੈ ਕਿਉਂਕਿ ਗੱਲਬਾਤ ਕਰਨੀ ਪਊਗੀ ਕਿਦਾਂ ਕਿਦਾਂ ਵੇਖੋ ਡਾਕਟਰੀ ਰਿਪੋਰਟ ਜਿਹੜੀ ਮੈਂ ਕਿਹਾ ਵੀ ਲਗਭਗ 95% ਡਾਕਟਰੀ ਰਿਪੋਰਟ ਦੇ ਦੇਣਗੇ ਵੀ ਸੀਡ ਗਲਤ ਆ ਉਹਦੇ ਤੇ ਅਸੀਂ ਅਸੀਂ ਉਸ ਜਿਹੜਾ ਵਿਕੇਤਾ ਹੈ ਉਹਦੇ ਤੇ ਪਰਚਾ ਵੀ ਕਟਾਵਾਂਗੇ ਔਰ ਕਿਸਾਨ ਨੂੰ ਮੁਆਵਜ਼ਾ ਵੀ ਲੈ ਕੇ ਦੇਵਾਂਗੇ ਤਾਂ ਇੱਕ ਕਿਸਾਨ ਜਥੇਬੰਦੀ ਦੇ ਨੁਮਾਇंदे ਸੀਗੇ ਸਿੱਧੂਪੁਰ ਦੇ ਤਾਂ ਗੱਲਬਾਤ ਆ ਜਾਂਦੀ ਹੈ ਕਿ ਆਖਿਰਕਾਰ ਹੁੰਦਾ ਕੀ ਹੈ ਜਦੋਂ ਕਿਸਾਨ ਦੇ ਇਹੋ ਜਿਹੇ ਹਾਲਾਤ ਬਣਦੇ ਨੇ ਦੂਜੇ ਪਾਸੇ ਖੇਤੇ ਤੋਂ ਨਜ਼ਰ ਮਰਵਾਦ ਨੇ ਜਿੱਧਰ ਕੇ ਇਸ ਵਕਤ ਐਸੇ ਤਰੀਕੇ ਨਾਲ ਜਿਹੜੀ ਹੈਗੀ ਹੈ ਮੂੰਗੀ ਜਿਹੜੀ ਬੀਜੀ ਸੀ ਉਸ ਦੀ ਵਾਹੀ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਉਹ ਕਿਸੇ ਕੰਮ ਦੀ ਨਹੀਂ ਰਹੀ ਹੈ ਕਿਸਾਨ ਨੂੰ ਵੱਡਾ ਨੁਕਸਾਨ ਹੋਇਆ ਹੈ ਦੂਜੀ ਗੱਲ ਕੀਤੀ ਜਾਵੇ ਕਿ ਤੇਲ ਦੇ ਖਰਚੇ ਦੀ ਕਰੀਬ-ਕਰੀਬ ਹੋਣ ਦੀ ਗੱਲਬਾਤ ਜਿਸ ਤਰੀਕੇ ਪਰਚੀ ਦਿਖਾਈ ਜਾਂਦੇ ਨੇ ਕਿ 97000 ਦਾ ਤੇਲ ਇਸ ਵਕਤੇ ਲੈ ਕੇ ਆਏ ਨੇ ਦੂਜੇ ਪਾਸੇ ਬਾਰਿਸ਼ ਆਈ ਹੈ ਉਸ ਕਰਕੇ ਡੀਜ਼ਲ ਦੀ ਕਪੜ ਜਿਹੜੀ ਹੈਗੀ ਹੈ ਉਹ ਵੀ ਕਰੀਬ-ਕਰੀਬ ਦੁੱਗਣੀ ਹੁੰਦੀ ਜਾ ਰਹੀ ਹੈ ਤਾਂ ਫਿਲਹਾਲ ਦੀ ਗੱਲ ਕਰੀਏ ਤਾਂ ਕਿਸਾਨ ਇਸ ਵਕਤ ਪਰੇਸ਼ਾਨ ਹੈ ਹੁਣ ਉਮੀਦ ਹੈ ਸਰਕਾਰਾਂ ਤੇ ਕਿ ਸਰਕਾਰ ਉਹਨਾਂ ਲੋਕਾਂ ਤੇ ਕਾਰਵਾਈ ਕਰੇ ਜੋ ਲੋ ਗੈਸ ਦੇ ਦੋਸ਼ੀ ਨੇ ਜਿਨ੍ਹਾਂ ਨੇ ਗਲਤ ਬੀਨੰ ਦਿੱਤਾ ਨਕਲੀ ਬੀਨੰ ਦਿੱਤਾ ਕਿਉਂਕਿ 55 ਕਿੱਲੇ ਦੇ ਆਸ-ਪਾਸ ਦਾ ਵਾਣ ਹੈਗਾ ਜਿੱਥੇ ਕਿ ਪੂਰੇ ਇਲਾਕੇ ਵਿੱਚ ਇਹ ਜਿਹੜੀ ਮੂੰਗੀ ਦੀ ਫਸਲ ਹੈ ਇਹ ਖਰਾਬ ਹੋ ਚੁੱਕੀ ਹੈ ਫਿਲਹਾਲ ਵੇਖਦੇ ਆ ਕਿ ਸਰਕਾਰਾਂ ਇਸ ਪੂਰੇ ਮਾਮਲੇ ਤੇ ਕੀ ਪ੍ਰਤੀਕਿਰਿਆ ਦੰਦੀਆਂ ਨੇ ਕਿਸ ਤਰੀਕੇ ਦਾ ਐਕਸ਼ਨ ਇਸ ਪੂਰੇ ਮਾਮਲੇ ਤੇ ਵੇਖਣ ਨੂੰ ਮਿਲਦਾ ਹੈ ਜੀ ਸਰ ਸੂਰਜ ਗੱਲ ਕਰ ਰਹੇ ਜੀ ਬੈਟਿਕ ਸੂਰਾ ਤੋਂ ਹਾਂਜੀ ਸਰ ਸਰ ਇੱਕ ਮੈਟਰ ਸਾਡੇ ਧਿਆਨ ਵਿੱਚ ਆਇਆ ਹੈ ਕਿ ਮੁਕਸਰ ਦੇ ਪਿੰਡ ਸਕਾਂਵਾਲੀ ਦਾ ਕੋਈ ਕਿਸਾਨ ਹੈਗਾ ਤੇ ਉਹਨਾਂ ਨੇ ਮੂੰਗੀ ਖਰੀਦੀ ਸੀ ਕਾਫੀ ਤੁਹਾਡੇ ਤੋਂ 20 ਖਰੀਦਾ ਸੀ ਉਹ ਮੂੰਗੀ ਸਾਰੀ ਖਰਾਬ ਨਿਕਲੀ ਸਰ ਕੀ ਮੈਟਰ ਹੈ ਜੀ ਉਹ ਅਰ ਐਕਚੁਅਲ ਦੇ ਵਿੱਚ ਮੈਟਰ ਇਹ ਹੈ ਜੀ ਜਿਹੜਾ ਮੂੰਗੀ ਦਾ ਸੀਡ ਹੁੰਦਾ ਨਾ ਜੀ ਕਣਕ ਵਾਲੀ ਖੇਤ ਦੇ ਵਿੱਚ ਆਪਾਂ ਲਾਣੇ ਆ ਜੀ ਉਹਦਾ ਫਿਰ ਯੂਨੀਵਰਸਿਟੀ ਵੱਲੋਂ 10 ਅਪ੍ਰੈਲ ਤੱਕ ਰეკਮੈਂਡ ਆ ਵੱਧ ਤੋਂ ਵੱਧ ਆਪਾਂ 15 ਅਪ੍ਰੈਲ ਤੱਕ ਲਾ ਸਕਦੇ ਆ ਓਕੇ ਜੀ ਸਰਪੰਚ ਸਾਹਿਬ ਨੇ ਮੂੰਗੀ 25 ਅਪ੍ਰੈਲ ਤੋਂ ਸ਼ੁਰੂ ਕਰਕੇ ਇੱਕ ਦਿਨ ਚ ਤਾਂ ਬੀਜੀਆਂ ਦੀ 4-5 ਦਿਨਾਂ ਚ 50-60 ਕਿੱਲੇ ਬੀਜੀ ਜਾਂਦੇ ਆ ਜੀ 10-12 13 ਕਿੱਲੇ ਇੱਕ ਦਿਨ ਚ ਐਵਰੇਜ ਬੀਜੀ ਜਾਂਦੇ ਨੇ ਹੂੰ 30 ਅਪ੍ਰੈਲ ਤੱਕ ਉਹ ਲਗਭਗ ਮੂੰਗੀ ਵਿੱਚ ਗਈ ਹੋਊਗੀ ਓਕੇ ਜੀ ਮੂੰਗੀ ਮੂੰਗੀ ਸਰ 30 ਅਪ੍ਰੈਲ ਨੂੰ ਵਿੱਜੀ ਆ ਤਾਂ ਅੱਜ 15 ਸਮਝ ਲਓ ਜੁਲਾਈ ਹੋ ਗਈ ਆ ਜੀ ਤੇ ਜਿਹੜੀ ਵੈਰਾਈਟੀ ਇਹ ਆ ਜਨ ਕਾਲੇ ਚ ਬਾਹਰ ਚਲਾਨੇ ਆ ਇਹ ਖੁਸ਼ਕੀ ਭਾਗ ਗਈ ਖੁਸ਼ਕੀ ਓਕੇ ਖੁਸ਼ਕੀ ਦਾ ਮਤਲਬ ਕੀ ਜਿਵੇਂ ਹੁਣ ਸਾਡਾ ਜਗਰਾਉਂ ਏਰੀਆ ਵਾ ਜੀ ਜਗਰਾਉਂ ਏਰੀਆ ਚ ਜਦੋਂ ਆਪਾਂ ਆਲੂਆਂ ਦੀ ਪਟਾਈ ਕਰ ਲੈਂਦੇ ਆ ਉਸ ਤੋਂ ਬਾਅਦ ਲੱਗਦੀ ਹੈ ਜੀ ਜੀ ਉਹ ਆਪਣੇ ਕੋਲੇ 20 25 ਫਾਰਮਰਾਂ ਦੇ ਟੈਸਟੀਮੋਨੀਅਲ ਆਪਾਂ ਲਏ ਹੋਏ ਆ ਤੁਹਾਨੂੰ ਵਟਸਐਪ ਤੇ ਭੇਜ ਦਿੰਨਾ ਜੀ ਉਹਨਾਂ ਨੇ ਇਹੀ ਕੰਪਨੀ ਦੀ ਇਹੀ ਵੈਰੈਟੀ ਤਰੀਕ ਵਾਈਜ਼ ਕਿੰਨਾ ਝਾੜ ਆਇਆ ਕਿਵੇਂ ਰਹੀ ਐਕਸਪੀਰੀਅੰਸ ਸਾਰਾ ਵਿਧ ਸਰਪੰਚ ਦੀ ਮੋਹਰ ਆਪਣੇ ਕੋਲੇ ਹੈਗਾ ਤੁਸੀਂ ਇੱਕ 20 25 ਹੈਗੇ ਨੇ 20 25 ਮੈਂ ਕੱਲ ਤੱਕ ਹੋਰ ਕਲੈਕਟ ਕਰ ਲਊਗਾ ਤੁਸੀਂ ਸਾਈਕਲ ਦੀ ਗੱਲ ਕਰ ਰਹੇ ਹੋ ਕਿ ਸਾਈਕਲ ਗਲਤ ਹੋਇਆ ਤਾਂ ਕਰਕੇ ਉਹਨਾਂ ਦੀ ਮੂੰਗੀ ਦੇ ਜਿਹੜੀ ਖਰਾਬ ਹੋਈ ਫਸਲ ਸਰ ਫੈਕਲੀ ਜਦੋਂ ਬਰਖਾਤੀ ਮੌਸਮ ਹੁੰਦੇ ਨੇ ਇਹਨੂੰ ਵਾਇਰਸ ਆ ਜਾਂਦਾ ਜੀ ਓਕੇ ਕੋਈ ਵਾਈਟ ਅਫਲਾਈ ਵੀ ਹੋ ਸਕਦੀ ਆ ਕੋਈ ਪੈਸਟ ਵੀ ਹੋ ਸਕਦਾ ਇੱਕ ਇਹਦੇ ਤੇ ਖਾਦ ਨਹੀਂ ਪੈਂਦੀ ਸਰ ਕੋਈ ਵੀ ਓਕੇ ਡੀਏਪੀ ਯੂਰੀਆ ਜਾਂ ਸੁਪਰ ਉਹ ਸਰਪੰਚ ਸਾਹਿਬ ਨੇ ਪਾਈ ਹੋਈ ਆ ਓਕੇ ਤੇ ਉਹ ਇਸੇ ਤਰ੍ਹਾਂ ਦੀ ਰეკਮੈਂਡੇਸ਼ਨ ਪੀਏਯੂ ਵੱਲੋਂ ਰეკਮੈਂਡੇਸ਼ਨ ਹੈ ਨਹੀਂ। ਮਤਲਬ ਉਹ ਕਹਿ ਰਿਹਾ ਕਿ ਅਸੀਂ ਪੁਰਾਣੇ ਕਿਸਾਨਾਂ ਮਤਲਬ ਕਿ ਬਿਨਾਂ ਜਾਣਕਾਰੀ ਤੋਂ ਉਹਨਾਂ ਨੇ ਮੂੰਗੀ ਬੀਜੇ ਕਹਣਾ ਜਾਂਦਾ ਏ। ਮੈਂ ਸੀ ਗੱਲ ਕਹਿ ਰਿਹਾ ਪੁਰਾਣੇ ਕਿਸਾਨ ਆ ਬਿਨਾਂ ਜਾਣਕਾਰੀ ਤੋਂ ਸਰ ਮੈਂ ਇਹ ਲਫ਼ਜ਼ ਨਹੀਂ ਯੂਜ਼ ਕੀਤੇ। ਜੀ। ਹੋ ਸਕਦਾ ਸਰਪੰਚ ਸਾਹਿਬ ਦਾ ਪੁਰਾਣੇ ਕਿਸਾਨ ਨਹੀਂ। ਹੂੰ। ਹੋ ਸਕਦਾ ਕੋਈ ਉਹਨਾਂ ਨੂੰ ਮੂੰਗੀ ਦੀ ਪਹਿਲੀ ਵਾਰ ਉਹਨਾਂ ਨੇ ਲਾਈ ਹੋਵੇ। ਹੋ ਸਕਦਾ ਕਈ ਸਾਲਾਂ ਤੋਂ ਲਾਂਦੇ ਹੋਣ। ਪਰ ਜਿਹੜੇ ਮੇਰੇ ਕੋਲੇ ਕਿਸਾਨ ਵੀਰ ਆਏ ਨੇ ਇੱਕ ਜੀ ਇਹਨਾਂ ਨੇ ਵੀ ਇਹੀ ਮੰਗੀ ਲਈ ਸੀਗੀ 421 ਨੰਬਰ ਓਕੇ ਇੱਕ ਵਾਰੀ ਇਹਨਾਂ ਨਾਲ ਤੁਸੀਂ ਗੱਲ ਕਰ ਲੋਏ ਤੁਹਾਨੂੰ ਜ਼ਿਆਦਾ ਵੈਟਰ ਸਮਝਾ ਦਿੰਦੇ ਨੇ ਨਹੀਂ ਕੋਈ ਗੱਲ ਇੱਕ ਵਾਰ ਤੁਸੀਂ ਮੈਂ ਤੁਹਾਡਾ ਵਰਸਨ ਜਰੂਰ ਜਾਨਣਾ ਸੀਗਾ ਕਿਉਂਕਿ ਹੁਣ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਕਿ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਕੋਈ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਉਹ ਕਹਿੰਦੇ ਕਿ ਜੇਕਰ ਤੁਹਾਡੀ ਗਲਤੀ ਹੈ ਤੁਹਾਡੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿਸਾਨ ਉਹ ਕਿਸਾਨ ਦੀ ਗਲਤੀ ਹੈ ਜਾਂ ਫਿਰ ਕੋਈ ਬੀ ਦੀ ਗਲਤੀ ਹੈ ਕੋ ਮੈਨੂੰ ਪਤਾ ਗੱਲ ਕੀ ਹੈ ਜੀ ਨਾ ਕਿਸਾਨ ਦੇਖੋ ਸਾਡੇ ਕੋਲੇ ਸਰਟੀਫਾਈਡ ਬੀਜ ਆਇਆ ਪਹਿਲੀ ਗੱਲ ਤਾਂ ਜੀ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਬੀਜ ਦਿੱਤਾ ਖੇਤੀਬਾੜੀ ਡਿਪਾਰਟਮੈਂਟ ਵੱਲੋਂ ਉਹ ਬੀਜ ਸਰਟੀਫਾਈਡ ਦਿੱਤਾ ਜੀ ਰეკਮੈਂਡੇਸ਼ਨ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਕੋਲੇ ਉਹਦਾ ਬਿੱਲ ਆਇਆ ਅਸੀਂ ਬਿੱਲ ਤੇ ਦੇ ਦਿੱਤਾ ਓਕੇ ਠੀਕ ਆ ਜੀ ਇੱਥੇ ਟੋਡੀ ਟੋਡੀ ਗੱਲ ਹੋਈ ਉਸ ਨਾਲ ਕਿਸਾਨ ਨਾਲ ਇਸ ਮੈਟਰ ਤੇ ਪਰ ਉਹਨਾਂ ਨੇ ਪਹਿਲਾਂ ਤੁਸੀਂ ਕੁਝ ਹੋਰ ਨਾ ਪਹਿਲਾਂ ਵੀ ਦੇਖੋਗੇ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਸਾਡੀ ਮੂੰਗੀ ਬਹੁਤ ਵਧੀਆ ਨਹੀਂ ਇਤੋਂ ਮਹੀਨਾ ਪਹਿਲਾਂ 20 ਦਿਨ ਪਹਿਲਾਂ 25 ਦਿਨ ਪਹਿਲਾਂ ਦੀਆਂ ਓਕੇ ਤੁਸੀਂ ਉਹ ਵੀ ਵੀਡੀਓ ਦੇਖ ਲਓ ਉਸ ਮੈਟਰ ਤੇ ਮੇਰੇ ਕੋਲ ਕਿਸੇ ਕਿਸਾਨ ਯੂਨੀਅਨ ਦਾ ਹੋਣੀ ਤੁਹਾਡੇ ਤੋਂ ਪਹਿਲਾਂ ਫੋਨ ਆ ਕੇ ਚੁੱਕਿਆ ਉਹਨਾਂ ਨੇ ਕਿਹਾ ਕਿ ਬਾਈ ਸਰਪੰਚ ਸਾਹਿਬ ਨੇ ਕਿਹਾ ਕਿ ਵੀਡੀਓ ਪਾਈਆਂ ਸੀਗਾ ਮੈਂ ਉਹਨਾਂ ਨੂੰ ਕਿਹਾ ਕਿ ਮੂੰਗੀ ਕਿਹੜੀ ਲਾਈ ਆ ਪਰ ਮੈਂ ਜਿਆਦਾ ਦਿਲਚਸਪੀਂ ਲਾਈ ਉਹਨਾਂ ਨੇ ਉਸ ਵਿੱਚ ਜ਼ਿਕਰ ਕੀਤਾ ਕਿ ਵਧੀਆ ਵਾ ਤੁਸੀਂ ਤੁਸੀਂ ਹੁਣ ਜਿਹੜੀ ਹੈ ਪਹਿਲੀ ਵਾਰ ਲੈ ਗਏ ਤੁਹਾਡੇ ਤੋਂ ਜਿਹੜੇ ਬੀ ਲੈ ਗਏ ਸਰ ਪਹਿਲੀ ਵਾਰ ਮੇਰੇ ਕੋਲੋਂ ਲੈ ਕੇ ਗਏ ਨੇ ਤੇ ਪਹਿਲੀ ਫਸਟ ਟਾਈਮ ਉਹਨਾਂ ਨੇ ਲਈ ਆ ਫਸਟ ਟਾਈਮ ਆਪਣਾ ਡੀਲ ਹੋਈ ਹੈ। ਸ਼੍ਰੀ ਮੁਖਸਰ ਸਾਹਿਬ ਤੋਂ ਕੈਮਰਾ ਪਾਸ ਰਾਜੇਸ ਬਾਗੜ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ। ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ ਹਰ ਸਮੱਸਿਆ ਦਾ ਸਮਾਧਾਨ ਸਮੱਸਿਆ ਜੀਵੇਂ ਲਵ ਮੈਰਿਜ ਵਸ਼ਿਕਰਨ ਕੀਤਾ ਕਰਾਇਆ ਲੋਟਰੀ ਨੰਬਰ ਹੋਵੇ ਯੈਲੂਟੋ ਮੈਕਸ 649

ਮੀਆਂ ਮੁਹੰਮਦ ਅਲੀ ਜੀ ਵਾਲੇ ਦੱਸਿਆ ਉਹਨਾਂ ਨੇ ਸਾਡੀ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਕਾਰਾ ਕਰ ਦਿੱਤਾ ਹੁਣ ਅਸੀਂ ਬਹੁਤ ਖੁਸ਼ ਹੁਣੇ ਕਾਲ ਕਰੋ 98417 18786 97797 24075